ਮੰਡੀ ਲਾਦੂਕਾ ਸੇਮ ਨਾਲਾ ਤੇ ਚਿਕਨ ਸੈਂਟਰ ਦਾ ਕੰਮ ਕਰਨ ਵਾਲੇ ਆਲ ਬੋਦਲਾ ਵਾਸੀ ਪ੍ਰਗਟ ਸਿੰਘ ਨਾਲ ਹੋਈ ਲੁੱਟ ਖੋਹ ਦੀ ਵਾਰਦਾਤ 10,000 ਰੁਪਏ ਨਗਦੀ ਅਤੇ ਇੱਕ ਮੋਬਾਈਲ ਖੋਹ ਕੇ ਹੋਏ ਚੋਰ ਫਰਾਰ ਦਿੱਤੀ। ਮਾਮਲੇ ਦੀ ਜਾਣਕਾਰੀ ਮੰਡੀ ਲਾਦੂਕਾ ਪੁਲਿਸ ਨੂੰ। ਕੀ ਨਾਮ ਹੈ ਜੀ? ਪ੍ਰਗਟ ਸਿੰਘ। ਕਿਹੜੇ ਪਿੰਡ ਰਹਿਣ ਵਾਲੇ? ਆਲ ਬੋਦਲਾ। ਜੋ ਤੁਹਾਡੇ 'ਤੇ 15 ਅਗਸਤ ਨੂੰ ਸੰਗਤ ਆਇਆ ਸੀਗਾ, ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ, ਇਸ ਬਾਰੇ ਕੀ ਕਹਿੰਦੇ ਹੋ? ਜੀ, ਦੁਕਾਨ ਵਧਾ ਕੇ ਘਰ ਜਾ ਰਿਹਾ ਸੀ ਮੈਂ, ਇੱਥੋਂ 9:30 ਵਜੇ ਪਿੰਡ ਦੇ ਲਾਗੇ ਸਿੱਠਾ ਛੱਪੜ, ਉੱਥੇ ਪਿੱਛੋਂ ਆਏ ਨੇ ਅਣਪਛਾਤੇ ਵਿਅਕਤੀ, ਮੂੰਹ ਬੰਨਿਆ ਸੀ, ਉਹਨਾਂ ਕੁੱਟਮਾਰ ਕੀਤੀ ਮੇਰੀ। ਤੁਹਾਡੇ ਕੋਲ ਜਦੋਂ ਦੁਕਾਨ ਵਧਾ ਕੇ ਗਿਆ, ਕੋਈ ਮਨੀ ਰਾਸ਼ੀ ਵੀ ਹੋਵੇਗੀ? 10,000 ਰੁਪਇਆ ਸੀਗਾ ਜੀ। ਹੋਰ ਕੀ ਨਾਲ ਸੀਗਾ? ਇੱਕ ਮੋਬਾਈਲ ਸੀ। ਉਹਨਾਂ ਕੋਲੋਂ ਕੋਈ ਤੇਜ਼ ਹਥਿਆਰ ਹੈਗੇ ਸੀ? ਕਾਪੇ ਸੀ। ਅੱਛਾ, ਉਹਨਾਂ ਵੱਲੋਂ ਕੀ ਕੀਆ ਗਿਆ ਸੀਗਾ ਪਹਿਲਾਂ ਜਦੋਂ ਤੁਹਾਡੇ ਕੋਲ ਲੁੱਟ ਖਾ ਕੀਤੀ ਗਈ ਹੈ? ਉਹ ਕੁਛ ਮੈਂ ਆ ਰਿਹਾ ਸਿੱਧਾ ਪਿੱਛੋਂ ਆਏ ਨੇ ਉਹ, ਅਤੇ ਉੱਥੇ ਮੈਨੂੰ ਰੋਕ ਲਿਆ, ਨਾ ਕੋਈ ਮੋਟਰਸਾਈਕਲ ਲਾ ਕੇ ਕਾਪਾ ਮਾਰਿਆ ਮੇਰੇ ਆਉਂਦਾ, ਅਤੇ ਮੋਬਾਈਲ ਕੱਢ ਲਿਆ ਅਤੇ 10,000 ਰੁਪਇਆ ਲੈ ਗਏ। ਦਰਖਾਸਤ ਦਿੱਤੀ ਚੌਂਕੀ 16 ਤਰੀਕ ਨੂੰ। ਅਤੇ ਹੁਣ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਚੱਲ ਰਹੀ ਹੈ, ਤੁਹਾਡਾ ਕਾਰੋਬਾਰ ਦੁਬਾਰਾ ਤੁਸੀਂ ਛੱਡਿਆ? ਹਾਂਜੀ ਹਾਂਜੀ। ਇਹ ਕਿਸ ਤਰੀਕੇ ਨਾਲ ਛੱਡਿਆ? ਇਹ ਦਾਰੀ ਲਿਆਉਣ ਮੁਰਗਾ ਫਿਰ ਗੱਡੀ ਵਾਲੇ ਤੋਂ। ਜਦੋਂ ਤੁਹਾਡੇ ਕੋਲ ਲੁੱਟ ਖੋਹ ਕੀਤੀ ਗਈ ਹੈ, ਉਹਨਾਂ ਤੇਜ਼ ਹਥਿਆਰ ਦੇ ਹਥਿਆਰ ਵਿਖਾਏ ਗਏ ਨੇ, ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਓ ਕੀਤਾ? ਬਚਾਓ ਕਿ ਮੈਂ ਪੈਸੇ ਕੱਢ ਕੇ ਲੈ ਗਏ ਨੇ, ਮੋਬਾਈਲ ਲੈ ਗਏ ਨੇ, ਉਹਨਾਂ ਕਾਪਾ ਮਾਰਿਆ ਮੇਰੇ, ਚਾਬੀ ਕੱਢ ਕੇ ਸੱਟ ਦੇ ਥੱਲੇ, ਬਸ ਮੈਂ ਮੋਟਰਸਾਈਕਲ ਰੇਡ ਕਰ ਲਿਆ ਬਸ। ਜਿਹੜਾ ਹੁਣ ਦਾ ਕਾਰੋਬਾਰ ਤੁਸੀਂ ਦੁਬਾਰਾ ਯੂਜ ਕੀਤਾ, ਇਸ ਬਾਰੇ ਕੀ? ਇਹ ਇੱਥੋਂ ਪੈਸੇ ਇੱਥੋਂ ਵਿਆਜ 'ਤੇ ਲਾਏ, ਸਾਨੂੰ ਮਿਲ ਜਾਂਦੇ ਫਿਰ ਦੁਕਾਨਦਾਰ, ਇੱਥੋਂ ਲੈ ਕੇ ਫਿਰ ਕੰਮ ਸਟਾਰਟ ਕੀਤਾ। ਉਹ ਨੱਕਾ ਜਦੋਂ ਚੋਰ ਲੱਭ ਕੇ ਤੁਹਾਨੂੰ ਸੱਦ ਲਾਂਗੇ। ਪਰ ਮੰਡੀ ਲਾਧੂਕਾ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਵਾਰਦਾਤ ਹੋ ਰਹੀ ਹੈ, ਹਾਂਜੀ ਹਾਂਜੀ, ਇਸ ਬਾਰੇ ਕੀ? ਵਾਰਦਾਤ ਕੁਛ ਨਹੀਂ, ਜੇ ਨਿਆ ਮਿਲਣ ਗਿਆ ਜੀ, ਕੁਛ ਨਹੀਂ ਕੀਤਾ ਜੀ। ਇਹ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਕੋਈ ਦੁਰਘਟਨਾ ਵਾਪਰੀ? ਨਹੀਂ ਜੀ, ਪਹਿਲੀ ਦੁਰਘਟਨਾ ਸੀਗੀ। ਹਾਂਜੀ ਹਾਂਜੀ। ਜਿਸ ਤਰ੍ਹਾਂ ਤੁਸੀਂ ਜਾਂਦੇ ਜੇ ਪਹਿਲਾਂ, ਜਿਵੇਂ ਮੰਨ ਲਓ ਆਪਣੇ ਆਲ ਬੋਦਲਾਂ 2 ਰੋਡ ਲੱਗਦੇ ਨੇ। ਹਾਂਜੀ ਹਾਂਜੀ। ਇਹ ਮੁੰਛਰਾਂ ਢਾਣਨਾ ਚਾਹੀਦਾ ਜੀ, ਮੁੰਛਰਾਂ ਢਾਣੀ ਚਾਹੀਦਾ। ਹਾਂਜੀ ਹਾਂਜੀ। ਜਿਹੜੀ ਵਾਰਦਾਤ ਹੋਈ ਹੈ, ਕਿਸ ਜਗ੍ਹਾ 'ਤੇ ਸੀ? ਇਹ ਸਿੱਠਾ ਛੱਪੜ ਕੋਲ ਜੀ। ਅਤੇ ਤੁਹਾਡੇ ਨਾਲ ਕੋਈ ਹੋਰ ਵੀ ਸੀ ਜਾਂ ਇਕੱਲੇ ਸੀਗੇ? ਇਕੱਲਾ ਸੀ ਜੀ।